ਪਤਾ ਲੱਗਣਾ ਚਾਹੀਦਾ ਵੀ ਮੇਲਾ ਚੱਲਦਾ ਝੋੜਨਾ ਵਾਲੀ ਪਿੰਡ, ਫੇਰ ਹੀ ਪਤਾ ਲੱਗਣਾ ਵੀ ਟਰੈਕਟਰ ਵੱਖੋ ਵੱਖ ਪਿੰਡਾਂ ਦੇ ਵਿੱਚੋਂ ਆਏ ਹੋਏ ਆ। ਇਹ ਵੀ ਗੱਲ ਕਿਹੜੇ ਸੋਲਾਂ ਨੇ ਸੱਚ ਹੈ ਨਾ ਕਿਹੜੇ ਸੰਦੀਪ ਕਪੂਰ ਪ੍ਰਧਾਨ ਔਰ ਕੈਸ਼ੀਅਰ ਕੀਰਤ ਢਿੱਲੋਂ ਨਾ ਨਰਿੰਦਰ ਨੰਨੂ ਜੀ ਔਰ ਭਜਨ ਜਈਆ ਜੀ ਸ਼ਹੀਦਾਂ ਵਾਲੀ ਜੱਦੀ ਸਰਦਾਰ ਮਹਿਕਮਾ ਤੇ ਨਾ ਕਿਹੜੇ ਗੁਲਸ਼ਨ ਮਾਈਆ ਸਾਡਾ 735 ਮਹਿਕਮਾ ਚੰਦ ਵਾਲਿਆਂ ਨੇ ਝੋੜਨ ਵਾਲੀ ਸਰਸਾ ਵੱਡੀ ਬਾਤ ਬਾਤ। ਹਾਂਜੀ ਅਗਲੇ ਟਰੈਕਟਰ ਆਉਂਦੀ ਸੈਂਤੀ ਨੰਬਰ ਮੰਨਾ ਐਮਐਲਏ ਗਰੁੱਪ ਤੇ ਰਵੀ ਜੇਡੀਐਲਸੀ ਮੈਸੀ ਵਾਲੇ ਵੀਰਾਂ ਦਾ ਅਗਲਾ ਹੁਣ ਮੁਕਾਬਲਾ ਹੋਣਾ ਹੈ, ਉਹ ਜ਼ਰੂਰ ਆ ਜਾਣਾ। ਸੋਰੀ 23 ਨੰਬਰ ਸੈਂਤੀ ਨੰਬਰ ਮੰਨਾ ਐਮਐਲਏ ਗਰੁੱਪ ਦੇ 23 ਨੰਬਰ ਰਵੀ ਜੇਡੀਐਲਸੀ ਮੈਸੀ ਵਾਲੇ ਵੀਰ ਆ ਜਾਣਾ। ਇਹ ਵੀਰਾਂ ਦਾ ਅਗਲਾ ਮੁਕਾਬਲਾ ਹੋਵੇਗਾ ਤੇ ਜਲਦ ਦੋਨੇ ਟਰੈਕਟਰ ਲੈ ਕੇ ਗਰਾਊਂਡ ਵਿੱਚ ਆ ਜਾਣ। ਲੈ ਸਾਹਮਣੇ ਦੇਖੀਏ ਵੀ ਇੱਕ ਮੁਕਾਬਲਾ ਜਿਹੜਾ ਰੀਲੇ ਸੋਲਾ ਜਿਹੜੇ ਬਾਈਕ ਨੇ ਜਿੱਤ ਰਿਹਾ ਤੇ ਦੂਸਰਾ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਹੈ। ਇਧਰਲੇ ਪਾਸੇ ਕਹਿੰਦੇ ਸੰਗਤ ਵੀ ਬੜੀ ਦੂਰੋਂ ਦੂਰੋਂ ਚੱਲ ਕੇ ਆਈ ਹੈ ਕਿਉਂਕਿ ਇਹ ਪੰਜਾਬੀ ਹੈ ਜਿੱਥੇ ਜਾਂਦੇ ਆ ਤੇ ਫਿਰ ਉੱਥੇ ਜਾ ਕੇ ਝੰਡੇ ਗੱਡ ਲੈਂਦੇ ਆ। ਇਹ ਪੰਜਾਬੀਆਂ ਦਾ ਇੱਕ ਮਹਿਰੂਜ ਹੈ, ਸ਼ੌਂਕ ਹੈ ਜਿਹਨੂੰ ਕਹਿੰਦੇ ਸਰਕਾਰਾਂ ਵੀ ਦੇਖ ਕੇ ਹੈਰਾਨ ਹੋ ਗਈਆਂ ਵੀ ਐਡੇ ਐਡੇ ਮਹਿੰਗੇ ਡੈਂਕ ਐਡੇ ਐਡੇ ਵੱਡੇ ਬੰਪਰ ਲਾਏ ਹੈ ਕਿ ਜੱਟ ਕਿੱਥੋਂ ਆਏ ਹੋਏ ਆ। ਫਿਰ ਕਨਵਰ ਗਰੇਵਾਲ ਨੇ ਗਾਇਆ ਸੀ ਕਿ ਜੱਟ ਨੀ ਪੰਜਾਬੋ ਇੱਥੇ ਆਏ ਹੋਏ ਆ, ਸਵਰਾਜਾ ਪਿੱਛੇ ਬੈਰੀਗੇਟ ਪਾਏ ਹੋਏ ਆ, ਬੇਨਤੀ ਹੈ ਨਾਲ ਹੀ ਪਾਸੇ ਆਜ ਦਾ ਸਰਸਾ।